ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਸ ਖਬਰ ਲੈ ਕੇ ਆ ਰਹੇ ਸੰਗਤ ਜੀ, ਕੱਲ ਦੀ ਖਬਰ ਆ ਰਹੀ ਹੈ ਕਿ ਕਰਨਾਲ ਦੇ ਜੋ ਕਿ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਜੋ ਕਿ ਝਗੜਾ ਹੋਇਆ, ਜਿਸ ਦੇ ਵਿੱਚ ਇੱਕ ਸਿੱਖ ਦੀ ਜੋ ਕਿ ਬੱਸ ਡਰਾਈਵਰ ਹੈਗੇ ਆ ਗੁਰਪ੍ਰੀਤ ਸਿੰਘ, ਉਹਦੀ ਜਿਹੜੀ ਦਾੜੀ ਪੱਟੀ ਗਈ ਸੀ ਇੱਕ ਰਿਕਸ਼ੇ ਚਾਲਕ ਵੱਲੋਂ, ਬੈਟਰੀ ਰਿਕਸ਼ੇ ਚਾਲਕ ਵੱਲੋਂ, ਔਰ ਉਸ ਤੋਂ ਬਾਅਦ ਉਹ ਮਾਮਲਾ ਇੰਨਾ ਵੱਧ ਗਿਆ ਸੀਗਾ ਕਿ ਉੱਥੇ ਸੈਂਕੜੋ ਲੋਕ ਇਕੱਠੇ ਹੋ ਗਏ, ਔਰ ਉਸ ਤੋਂ ਬਾਅਦ ਪੁਲਿਸ ਵੀ ਉੱਥੇ ਪਹੁੰਚੀ ਔਰ FIR ਵੀ ਉਸ ਮਾਮਲੇ 'ਚ ਹੋਈ ਆ। ਔਰ ਸਿੱਖ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਦੀ ਜਿਹੜੀ ਦਾੜੀ ਹੈਗੀ ਆ ਉਹ ਬੈਟਰੀ ਰਿਕਸ਼ਾ ਚਾਲਕ ਵਾਲੇ ਉਹਦੇ ਵੱਲੋਂ ਜਿਹੜੀ ਹੈਗੀ ਆ ਪੱਟੀ ਗਈ ਸੀਗੀ, ਔਰ ਉਹਨਾਂ ਦਾ ਕਾਫੀ ਜੋ ਵਿਵਾਦ ਵੀ ਹੋਇਆ ਸੀਗਾ। ਆਓ ਇਸ ਮਾਮਲੇ ਦੀ ਜਿਹੜੀ ਪੂਰੀ ਵੀਡੀਓ ਦੇਖਦੇ ਹੈਗੇ ਆ, ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਦੇ ਹਾਂ। ਮੇਰੇ ਭਾਈ ਥੋੜਾ अब सुनेंगे शांति पीछे रामगढ़िया चौंक से पीछे ਖਾਲਸਾ ਕਾਲਜ ਦੇ ਸਾਹਮਣੇ ਹੀ ਰਿਕਸ਼ਾ ਵਾਲੇ ਨੇ ਮੇਰੀ ਸਾਈਡ ਦਵਾਈ ਦੋਗਾ, ਸਾਈਡ ਦਵਾਣੇ ਕੇ ਬਾਵਜੂਦ ਮੇਰੇ ਕੋ ਰੋਕ ਕੇ, ਬਸ ਰੋਕੀ ਬਕਾਇਦਾ ਰੋਕ ਕੇ ਇੱਕ ਧਮਕੀ ਦੀ ਮੇਰੇ ਕਿ ਸਟੇਸ਼ਨ ਪੇ ਆਜਾ ਮੈਂ ਤੇਰੇ ਕੋ ਦੇਖ ਲੇਤਾ ਹੂੰ, ਯਹਾਂ ਪੇ ਬਸ ਮੈਨੇ ਬੈਕ ਕਰੀ ਕੁਛ ਸ਼ੈਲਟਰ ਕੇ ਸਾਹਮਣੇ ਲਗਾਈ, ਆਕੇ ਰਿਕਸ਼ਾ ਰੋਕੀ ਉਸਨੇ, ਇਹ ਰਿਕਸ਼ਾ ਖੜੀ ਹੈ ਉਧਰ ਕੇ ਮੇਰੀ ਦਾੜੀ ਪਾੜ ਪਾੜ ਦਾੜੀ ਪਾੜ ਦੇ, ਤੋ ਇਹ ਮੈਂ ਕਹਤਾ ਹੂੰ ਸਖਤ ਸਖਤ ਕਾਰਵਾਈ ਕਰੋ ਇਨਕੇ ਸਾਥ, ਯਹਾਂ ਸੇ ਇਨਕੋ ਭਗਾ ਦੋ, ਇਹ ਬਿਹਾਰ ਸੇ ਆਏ ਹੈ, ਗਾੜੀ ਨੰਬਰ ਪਾਉਣਾ ਇਸਕਾ ਹੈ, ਗਾੜੀ ਨੰਬਰ ਖੜਾ ਇਸਕਾ ਹੈ, ਮੈਂ ਤਾਂ ਅਭੀ ਤੱਕ ਬੰਦਾ ਨਹੀਂ ਮਿਲਾ, ਬਤਾਓ ਇਹ ਗਾੜੀ ਗਾੜੀ ਦਾ ਨੰਬਰ, ਤੋ ਆਪ ਹੀ ਦੇਖ ਸਕਦੇ ਹੈ ਪਿੱਛੇ ਜੇ ਝਗੜਾ ਹੋ ਗਿਆ ਜੀ, ਖਿੱਚਿਆ ਉਧਰ ਸੇ ਜੀ, ਦੋ ਦੋ ਬੰਦਿਆਂ ਨੇ ਜੀ, ਇਧਰ ਸੇ ਫਿਰ ਪਬਲਿਕ ਇਕੱਠੀ ਹੋ ਗਈ, ਮੈਂ ਬਿਮਾਰ ਹੂੰ ਇਸ ਲਈ ਮੇਰੇ ਪਾ ਹੋਣੇ ਆ ਇਸਕੇ ਸਾਥ ਝਗੜਾ ਹੋਣੀ ਮਾਰਪੀਟ ਹੋਈ, ਜੋ ਪੁਲਿਸ ਵਾਲੇ ਯਹੀ ਖੜੇ ਮੌਕੇ ਪਤੇ ਯੂਨੀਅਨ ਅੰਦਰ ਹੈ, ਉਹ ਕਹਿ ਰਹੇ ਮਾਰਾ ਏਰੀਆ ਨਹੀਂ ਹੈ, ਝਗੜਾ ਗੇਟ ਪੇ ਬਾਹਰ ਹੁਆ ਹੈ, ਤੋ ਆਪ ਸਿਵਲ ਲਾਈਨ ਕੋ ਬੁਲਾਓ, ਸਿਵਲ ਲਾਈਨ ਵਾਲੇ ਆਏ ਹੈ ਪਿੱਛੇ ਜਿਪਸੀ ਬੀਚ ਮੇ, ਤੋ ਆਪ ਕੀ ਕੀ ਦਾੜੀ ਦਾੜੀ ਪਾਰਟੀ ਕੀ ਦਿਖਾਣਾ ਜੀ, ਇੱਕ ਵਾਰ ਦਿਖਾਣਾ ਹੈ, ਅੱਛਾ ਅੱਛਾ ਪਕੜ ਰੱਖਿਆ, ਤੋ ਆਪ ਇਹ ਦੇਖ ਸਕਤੇ ਹੈ ਕਿ ਤਰੀਕੇ ਸੇ ਯਹਾਂ ਪਰ ਜੋ ਹੈ, ਇਹ ਦੇਖੀ ਇਹ ਤਸਵੀਰੇ ਮੈਂ ਆਪਕੋ ਦਿਖਾ ਰਹਾ ਹੂੰ ਜੀ, ਪਤਾ ਕੀ ਹੈ ਦਾੜੀ ਨੂੰ ਹੱਥ ਪਾਇਆ ਦਾੜੀ ਪੱਟੀ ਹੈ, ਪਰ ਕਾਰਵਾਈ ਕਰ ਦਿੰਦੇ ਆ, ਪਰਚਾ ਦਰਜ ਕਰ ਦਿੰਦੇ ਆ, ਹੋਰ ਗੱਲ ਸੁਣੋ ਸਰਦਾਰ ਦੀ ਗੱਲ ਸੁਣਾ, ਆ ਰਕਸ਼ਾ ਦੇ ਨੰਬਰ ਲਓ ਜੀ, ਇੱਥੇ ਮੇਰੀ ਦਾੜੀ ਆ ਗੱਡੀ ਖੜੀ ਰਹੀ ਇੱਥੇ, ਲਿਮਕਾ ਪੀਤਾ ਉਧਰ ਰਾਜ ਕਰੇਗਾ ਪੰਥ ਕੀ ਜੀਤ, ਰਾਜ ਕਰੇਗਾ ਫਤਿਹ, ਸਦੂਲ ਤੇ ਨਿਸ਼ਾਨ ਵੱਲ ਖਾਲਸਤਾਨ ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ, ਬੋਲੇ ਸੋਨਿਆ ਠੀਕ ਹੈ, ਆਪਣੇ ਪਰਚਾ ਕਾਟ ਲਿਆ, ਸਾਡੇ ਸਾਰੇ ਸਰਦਾਰਾਂ ਦੀ ਦਾੜੀ ਪੱਟੀ ਗਈ, ਉਹਨੂੰ ਤਾਂ ਕਰਵਾਉਣੀ ਹੋਈ ਨੀ ਕਾਰਵਾਈ
उन्होंने कहा मैं भी फोन करता हूँ, दो घंटे हो गए हैं। ਜੋ ਮਿਲ ਜਾਓ ਤੁਹਾਨੂੰ ਕਿੰਨੇ ਸੱਦਿਆ ਹੈ ਬਲੇ ਸੋਨਿਆ ਟ੍ਰੇਨ ਆਉਣ ਵਾਲੀ ਹੈ ਬੰਦਾ ਨਹੀਂ ਲੋਣਾ ਜਾਓ ਤੁਸੀਂ ਤੇ ਤੁਹਾਨੂੰ ਹੋਰ ਵੀ ਬੜੇ ਕੰਮ ਨੇ ਖੰਡਾਏ ਕਰੋ ਪਰਚਾ ਦਰਜ ਕਰਦੇ ਆ ਫਿਰ ਜਿਹੜੇ ਮੁਲਾਜ਼ਮ ਨੇ ਗਲਤੀ ਕੀਤੀ ਆ ਉਹਨਾਂ ਦੀ ਕਾਰਵਾਈ ਆ ਜੀ ਨੰਬਰ ਲਿਖਾ ਆ ਹੀ ਹੋਣੇ ਐਪਲੀਕੇਸ਼ਨ ਦਾ ਉਹ ਬਿਆਨ ਲਿਖਾਓ ਕੋਈ ਗੱਲ ਨਹੀਂ ਪਹਿਲੇ ਕੱਲਾ ਹੀ ਲਿਖਦਾ ਧਿਆਨ ਨਾਲ ਬਹੁਤ ਮਾੜਾ ਯਾਰ ਕੁਝ ਬੰਦੇ ਨੂੰ ਮਾਰਦੇ ਕੁੱਟ ਕੇ ਦਾੜੀ ਫੜੀ ਗਏ ਤੇ ਸਿੱਖੀ ਸਾਡੀ ਕਿੱਥੋਂ ਆ ਗਈ ਚੱਲੋ ਵੀ ਚੱਲੋ ਚੱਲੋ ਵੀ ਜਾਣ ਦੋ ਜਾ ਬੈਠੇ ਅਰ ਚੱਲੋ ਮੈਂ ਕੀ ਕਰਾਂਗਾ ਚੱਲੋ ਬਣਾ किसी थ्री व्हीलर वाले ने इसको थप्पड़ मारे और दाढ़ी बिना कुटी है जी। जिसकी दरखास्त पे भी मुकदमा दर्ज कर रहे हैं, जो भी इसमें दोषी होगा अरेस्ट कर उसकी कोई जरूरत नहीं तो ड्राइवर तो बहुत ही शर्मिंदगी भरी तस्वीरें मैं आपको दिखा रहा हूं करनाल के सीएम सिटी की, किस तरह से जो सिख समाज के जो एक तो आप ये देख सकते हैं, तो आप देख सकते हैं किस तरीके से सिख समाज में यहाँ पर इज्जत नहीं मिलती। तो आप ये देख सकते हैं किस तरीके से जी संगत जी करनाल दे जो बस ड्राइवर ने गुरबेग सिंह जेडे विक्टिम ने जिन्हां दी नाल जो की दाढ़ी पट्टी गई सी होर उन्हां दे नाल जो कुटमार की गई सी वो साडे नाल इस टाइम लाइव ते मौजूद ने कॉल फोन कॉल ते उन्हां नाल जुड़दे हैं जी। गुरबेग सिंह जी वाहेगुरु जी का खालसा वाहेगुरु जी की फतेह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਬੇਗ ਸਿੰਘ ਜੀ ਕੀ ਮਾਮਲਾ ਹੈਗਾ, ਕਦੋਂ ਦੀ ਇਹ ਗੱਲ ਹੈਗੀ, ਤੁਸੀਂ ਇਹ ਸਾਰਾ ਕੀ ਟਾਈਮ ਸੀਗਾ ਔਰ ਕੀ ਘਟਨਾ ਤੁਹਾਡੇ ਨਾਲ ਵਾਪਰੀ ਸੀ? ਮੈਂ ਜਾਵਾਂਗਾ ਕਿ ਅਕਾਲ ਚ ਦੇਖ ਰਹੇ ਦਰਸ਼ਕਾਂ ਨੂੰ ਤੁਸੀਂ ਸੰਖੇਪ ਨਾਲ ਦੱਸੋ ਜੀ। ਹਾਂਜੀ ਇਹ ਟਾਈਮ 11:02 ਦਾ ਸੀ, ਰੇਲਵੇ ਸਟੇਸ਼ਨ ਸੀ ਕਰਨਾਲ ਦਾ, ਠੀਕ ਹੈ। ਹਾਂਜੀ ਉਸ ਤੋਂ ਥੋੜਾ ਜਿਹਾ ਪਿੱਛੇ ਅੱਧਾ ਕਿਲੋਮੀਟਰ ਪਿੱਛੇ ਰਾਮਗੜੀਆ ਚੌਂਕ ਹੈ ਜਿਹਨੂੰ ਤਲਵਾਰ ਚੌਂਕ ਖੰਡਾ ਚੌਂਕ ਕਹਿੰਦੇ ਨੇ ਕਰਨਾਲ ਚ, ਠੀਕ ਹੈ। ਹਾਂ ਉੱਥੇ ਮੇਰੇ ਨਾਲ ਉਹਨੇ ਈ ਰਿਕਸ਼ਾ ਚਾਲਕ ਨੇ ਅੱਗੋਂ ਮੇਰੀ ਸਾਈਡ ਦਬਾਈ ਬੱਸ ਦੀ, ਮੈਂ ਉਹਨੂੰ ਹੋਰਨ ਪ੍ਰੈਸ ਕੀਤਾ ਤੇ ਮੈਂ ਵੀ ਸਾਈਡ ਦੇ ਦੇ, ਤੂੰ ਕਿਉਂ ਸਾਈਡ ਦਬਾਨਾ ਮੇਰੀ, ਠੀਕ ਹੈ। ਉਹ ਕਹਿਣ ਲੱਗਾ ਜੀ ਤੂੰ ਰੇਲਵੇ ਸਟੇਸ਼ਨ ਤੇ ਆ ਜਾ, ਮੈਂ ਤੈਨੂੰ ਦੇਖਣਾ, ਮੈਂ ਤੇਰੀ ਦਾੜੀ ਪੱਟਣੀ ਹੈ। ਅੱਛਾ ਚਲੋ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਮੈਂ ਆਪਣੇ ਸਟੈਂਡ ਤੇ ਬੱਸ ਖੜੀ ਕਰਕੇ ਤਾਂ ਮੈਂ ਨੀਚੇ ਉਤਰਿਆ, ਮੇਰੇ ਨਾਲ ਹੀ ਮੇਰਾ ਬ੍ਰਦਰ ਹੈ ਕੰਡਕਟਰ ਹੈ ਜਿਹੜਾ, ਉਹ ਡਬਰੀ ਵਿਲੇਜ ਤੋਂ ਹੀ ਹੈ ਤੇ ਮੇਰਾ ਵਿਲੇਜ ਵੀ ਡਬਰੀ ਹੈ, ਉਹ ਮੇਰੇ ਚਾਚਾ ਜੀ ਦਾ ਬੇਟਾ ਹੈ, ਹਾਂਜੀ ਅੰਕਲ ਦਾ ਬੇਟਾ ਹੈ, ਠੀਕ ਹੈ। ਤੇ ਉਹ ਵੀ ਮੇਰੇ ਨਾਲ ਸੀ, ਅਸੀਂ ਦੋਨੋਂ ਥੱਲੇ ਉਤਰੇ, ਅਸੀਂ ਉਹਨੂੰ ਪ੍ਰੇਮ ਪਿਆਰ ਨਾਲ ਕਿਹਾ ਵੀ ਵੀਰੇ ਤੈਨੂੰ ਕੀ ਦਿੱਕਤ ਹੈ, ਤੂੰ ਆਪਣੇ ਬੱਚੇ ਪਾਲਣ ਡਿਆ, ਅਸੀਂ ਆਪਣੀ ਜੋਬ ਕਰਦੇ ਹਾਂ, ਜੇ ਤੁਹਾਨੂੰ ਕੋਈ ਪਰੇਸ਼ਾਨੀ ਹੈ ਸਾਡੇ ਤੋਂ ਬੱਸਾਂ ਤੋਂ ਤਾਂ ਤੁਸੀਂ ਗੌਰਮੈਂਟ ਨਾਲ ਟੱਕਰ ਲਓ, ਸਾਡੇ ਨਾਲ ਕਿਉਂ ਲੈਂਦੇ ਹੋ, ਹਾਂਜੀ। ਹਾਂ ਉਹ ਕਹਿਣ ਬਸ ਉਹਨੇ ਸਿੱਧਾ ਜੀ ਇੰਨੀ ਗੱਲ ਕਹਿਣ ਤੇ ਥੱਲੇ ਉਤਰ ਕੇ ਆਪਣੇ ਦੋ ਤਿੰਨ ਬੰਦੇ ਬੁਲਾਏ, ਬਾਣ ਤੋਂ ਬਾਅਦ ਸਿੱਧਾ ਮੇਰੇ ਦਾੜੇ ਨੂੰ ਹੱਥ ਪਾ ਲਿਆ ਜੀ। ਅੱਛਾ
ਹਾਂ ਜੀ ਫਿਰ ਤੁਹਾਡੇ ਜਦੋਂ ਉਹਨੇ ਜਵੇ ਬਾਣ ਲਾ ਗਏ ਤਵੇ ਰੋਸ ਜਾ ਕੇ ਉਹ ਫਿਰ ਮੈਂ ਉਹਨੂੰ ਪਕੜ ਕੇ ਬਸ ਉੱਥੇ ਥੱਲੇ ਗੇਰ ਕੇ ਤੇ ਨਾਲ ਮੇਰਾ ਬ੍ਰਦਰ ਸੀ ਬਸ ਉਹਦੀ ਧੁਨਾਈ ਕਰ ਦਿੱਤੀ ਜੀ ਧੁਨਾਈ ਕਰਨ ਤੋਂ ਬਾਅਦ ਹਾਂ ਉਹਦੀ ਜੀਭ ਵੀ ਬਾਹਰ ਆ ਗਈ ਉਹਦੀ ਅੱਖਾਂ ਵੀ ਬਾਹਰ ਆ ਗਈਆਂ ਫਿਰ ਮੈਂ ਥੋੜਾ ਜਿਹਾ ਉਹਦਾ ਗਲਾ ਢਿੱਲਾ ਛੱਡਿਆ ਫਿਰ ਉਹ ਅੰਦਰ ਚਲੀਆਂ ਗਈਆਂ ਫਿਰ ਦੁਬਾਰਾ ਮੈਂ ਉਹਦਾ ਗਲਾ ਕੁੱਟਿਆ ਫਿਰ ਬਾਹਰ ਆ ਗਿਆ ਸਾਰਾ ਸਿਸਟਮ ਅੱਖਾਂ ਵੀ ਖੂਨ ਆ ਗਿਆ ਅੱਖਾਂ ਚੋਂ ਫਿਰ ਮੈਂ ਉਹਨੂੰ ਪੁੱਛਿਆ ਵੀ ਮੈਂ ਤੂੰ ਧਰਤੀ ਤੇ ਰਹਿਣਾ ਚਾਹੁੰਦਾ ਆ ਜਾਂ ਤੈਨੂੰ ਮੈਂ ਸਵਰਗਪੁਰੀ ਸੁਧਾਰ ਦਿਆਂ ਤੇ ਉਹ ਕਹਿਣ ਲੱਗਾ ਜੀ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਨਹੀਂ ਫਿਰ ਮੈਂ ਮੇਰੇ ਕੋਲ 9 ਇੰਚੀ ਸ੍ਰੀ ਸਾਹਿਬ ਸੀ ਮੈਂ ਉਹ ਸ੍ਰੀ ਸਾਹਿਬ ਕੱਢੀ ਉਹਦੀਆਂ ਅੱਖਾਂ ਦੇ ਅੱਗੇ ਕੀਤੀ ਮੈਂ ਵੀਰੇ ਜੇ ਤੇਰਾ ਹੰਕਾਰ ਵਾਲੇ ਡਾਊਨ ਨਹੀਂ ਹੋਇਆ ਤਾਂ ਮੈਨੂੰ ਹਾਲੇ ਵੀ ਦੱਸ ਸਕਦਾ ਮੈਂ ਤੇਰੇ ਪੇਟ ਦੇ ਵਿੱਚੋਂ ਹੰਕਾਰ ਸਾਰਾ ਤੇਰਾ ਅੰਦਰਾਂ ਬਾਹਰ ਕੱਢ ਕੇ ਧਰ ਦਿਆਂਗਾ ਤੂੰ ਕੀ ਸਮਝਣਾ ਤੂੰ ਸਾਡੀ ਸਿੱਖੀ ਨੂੰ ਹੱਥ ਪਾਇਆ ਸਾਡੀ ਸਿੱਖ ਕੌਮ ਨੂੰ ਹੱਥ ਪਾਇਆ ਇਹ ਸਿੱਖੀ ਸਾਨੂੰ ਦਸਵੇਂ ਪਾਤਸ਼ਾਹ ਨੇ ਦਿੱਤੀ ਇਹ ਨਿੱਕੇ ਨਿੱਕੇ ਬੱਚੇ ਕੁਰਬਾਨ ਕਰਕੇ ਉਹਨਾਂ ਨੇ ਇਹ ਸਿੱਖੀ ਦਿੱਤੀ ਹੈ ਜੀ ਸਾਨੂੰ ਮੇਰੀ ਜਾਨ ਬਖਸ਼ ਦਿਓ ਉਸ ਤੋਂ ਬਾਅਦ ਮੈਂ ਆਇੰਦਾ ਗਲਤੀ ਨਹੀਂ ਕਰਾਂਗਾ ਆਸ ਪਾਸ ਜਿਹੜੇ ਲੋਕ ਜਿਹੜੇ ਇੱਥੇ ਜਮਾ ਸੀ ਕਿਉਂਕਿ ਆਪਾਂ ਵੀਡੀਓ ਦੇਖ ਰਹੇ ਹਾਂ ਕਿ ਕਾਫੀ ਲੋਕ ਉੱਥੇ ਜਮਾ ਸੀਗੇ ਬੜੀ ਕਾਫੀ ਭੀੜ ਉੱਥੇ ਜਮਾ ਹੋ ਗਈ ਸੀਗੀ ਉਹ ਜਮਾ ਇਸ ਤਰ੍ਹਾਂ ਸੀ ਜੀ ਵੈਸੇ ਕੁਛ ਲੋਕ ਤਾਂ ਇੱਥੇ ਜਿਹੜੇ ਸਟੇਸ਼ਨ ਤੇ ਈ ਰਿਕਸ਼ਾ ਚਲਾਉਂਦੇ ਨੇ ਕੁਛ ਤਾਂ ਉਹ ਸੀ ਤੇ ਕੁਛ ਫਿਰ ਸੱਚਖੰਡ ਐਕਸਪ੍ਰੈਸ ਜਿਹੜੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਉਹ ਜਾਂਦੀ ਹੈ ਹਜ਼ੂਰ ਸਾਹਿਬ ਉਹ 11:02 ਦਾ ਉਹਦਾ ਟਾਈਮ ਹੈ ਉਹਦੇ ਚ ਆਪਣੇ ਇਸ ਏਰੀਏ ਦੀ ਸੰਗਤ ਜਿਹੜੀ ਹੈ ਕਰਨਾਲ ਏਰੀਏ ਦੀ ਸੰਗਤ ਅਸੰਦ ਏਰੀਏ ਦੀ ਸੰਗਤ ਇੰਦਰੀ ਸੰਗਤ ਜਿਹੜੀ ਉਹ ਦਰਬਾਰ ਸਾਹਿਬ ਗਈ ਸੀ ਮੱਥੇ ਇਸ਼ਨਾਨ ਕਰਕੇ ਵਾਪਸ ਆਈ ਸੀ ਸਾਰੀ ਉਸ ਟਾਈਮ ਤੇ ਉਸ ਤੋਂ ਬਾਅਦ ਸੱਚਖੰਡ ਟ੍ਰੇਨ ਤੋਂ ਬਾਅਦ ਅੱਧੇ 1.5 ਘੰਟੇ ਬਾਅਦ ਦੂਜੀ ਟ੍ਰੇਨ ਆ ਗਈ ਉਹਦੇ ਵਿੱਚ ਸਿੱਖ ਸੰਗਤ ਬਹੁਤ ਜ਼ਿਆਦਾ ਆ ਗਈ ਸਿੱਖ ਸੰਗਤ ਇੱਥੇ ਪਹੁੰਚ ਗਈ ਮੌਕੇ ਤੇ ਵਾਰਦਾਤ ਹੋਈ ਸੀ ਰੇਲਵੇ ਸਟੇਸ਼ਨ ਦੇ ਬਾਹਰ ਉਹ ਫਿਰ ਉਹ ਸਿੱਖ ਸੰਗਤ ਜੁਝਾਰੂ ਯੋਧੇ ਸਾਰੇ ਆ ਗਏ ਉਹ ਕਹਿਣ ਲੱਗੇ ਵੀ ਅਸੀਂ ਸ਼ਹੀਦੀਆਂ ਪਾ ਦਿਆਂਗੇ ਜੇ ਸਾਡੇ ਸ਼ਹੀਦੀ ਦਿਹਾੜੇ ਚੱਲਣ ਡਏ ਨੇ ਜੇ ਸਿੱਖ ਦੀ ਮੇਰੇ ਵੀਰ ਦੀ ਜੇ ਇਹਦੀ ਦਾੜੀ ਨੂੰ ਹੱਥ ਪਾਇਆ ਤੇ ਸਾਡੀ ਸਿੱਖ ਕੌਮ ਨੂੰ ਹੀ ਸਾਰਿਆਂ ਨੂੰ ਇਸਦਾ ਮਤਲਬ ਸਾਡੀ ਦਾੜੀ ਨੂੰ ਹੱਥ ਪਾਇਆ ਗਿਆ ਤੇ ਕਿਉਂ ਪਾਇਆ ਗਿਆ ਇਹਦਾ ਜੇ ਕੋਈ ਸਾਡਾ ਕੋਈ ਪ੍ਰਸ਼ਾਸਨ ਇੱਥੇ ਐਕਸ਼ਨ ਨਹੀਂ ਲੈਂਦਾ ਤੇ ਅਸੀਂ ਮਤਲਬ ਇਹਨੂੰ ਇਸ ਟਾਈਮ ਫੂਕ ਦਿਆਂਗੇ ਸਾਰਾ ਸਿਸਟਮ ਬਲੌਕ ਕਰ ਦਿਆਂਗੇ ਟ੍ਰੇਨ ਵੀ ਰੋਕ ਦਿਆਂਗੇ ਤੇ ਤੁਸੀਂ ਸਿਆਣੇ ਬਣੋ ਫਿਰ ਇਸ ਤੋਂ ਬਾਅਦ ਫਿਰ ਸਾਡਾ ਥੋੜਾ ਜਿਹਾ ਸੰਪਰਕ ਬੀਜੇਪੀ ਨਾਲੇ 40-45 ਸਾਲ ਤੋਂ ਸਾਡਾ ਤੇ ਉਹ ਇਸ ਕਰਕੇ ਫਿਰ ਉਹ ਮੇਰੇ ਫਾਦਰ ਨੇ ਫਾਦਰ ਥੋੜਾ ਦੂਰ ਸੀ ਮੇਰੇ ਤੋਂ ਮੈਂ ਕੋਲ ਕੀਤੀ ਉਹਨਾਂ ਨੂੰ ਉਹ ਵੀ ਆ ਗਏ ਉਹਨਾਂ ਨੇ ਵੀ ਬੀਜੇਪੀ ਦਾ ਜਿਹੜਾ ਮੇਨ ਇੱਥੇ ਇੰਚਾਰਜ ਹੈ ਕਰਨਾਲ ਦੇ ਵਿੱਚ ਉਹਨੂੰ ਫੋਨ ਕੀਤਾ ਉਹਨੇ ਪ੍ਰਸ਼ਾਸਨ ਨੂੰ ਫੋਨ ਕੀਤਾ ਉਹ ਪ੍ਰਸ਼ਾਸਨ ਆਪਣਾ DSP ਸਾਹਿਬ ਤੇ ਆਪਣਾ ਦੂਜਾ ਛੋਟਾ ਹੁੰਦਾ ਜਿਹੜਾ ਉਹ ਵੀ ਸਾਰੇ ਆ ਗਏ ਪ੍ਰਸ਼ਾਸਨ ਆਉਣ ਤੋਂ ਬਾਅਦ ਫਿਰ ਉਹਨੂੰ ਪ੍ਰਸ਼ਾਸਨ ਆਉਣ ਤੋਂ ਬਾਅਦ ਫਿਰ ਉਹਨੂੰ ਸਾਨੂੰ ਦਿਲਾਸਾ ਦੇ ਕੇ ਉਹਨੂੰ ਅਰੈਸਟ ਕਰਕੇ ਤੇ ਲੈ ਗਏ ਉਹ ਇਸ ਟਾਈਮ ਚੌਂਕੀ ਚ ਹੈ ਅੱਜ ਉਹਦੀ ਪੇਸ਼ੀ ਹੈ ਉੱਥੇ ਕੋਰਟ ਚ ਤੇ ਅੱਜ ਦੇਖੋ ਹੁਣ ਵੀ ਜੇ ਉਹਦਾ ਚਲਾਨ ਹੋਏਗਾ ਚਲਾਨ ਹੋਣ ਤੋਂ ਹਾਂਜੀ ਮੈਂ ਜੋਬ ਤੇ ਇਸ ਟਾਈਮ ਮੈਂ ਆਪਣੀ ਡਿਊਟੀ ਤੇ ਹਾਂ ਕੋਈ FIR ਵਗੈਰਾ ਹੋਈ ਹੈ ਕੋਈ ਇਸ ਦੇ ਵਿੱਚ ਕੋਈ ਹਾਂ ਬਿਲਕੁਲ ਸਾਰਾ ਉਸੇ ਟਾਈਮ FIR ਹੋ ਕੇ ਉਹਦਾ ਫੈਮਿਲੀ ਸਾਰੀ ਚੱਕ ਕੇ ਅੰਦਰ ਕੱਟ ਦੀ ਕਿਉਂ ਉਹ ਥੋੜਾ ਜਿਹਾ ਸਾਈਡ ਤੇ ਹੋ ਗਿਆ ਸੀ ਉਹਦੀ ਫੈਮਿਲੀ ਚੁੱਕੇ ਦਾ ਬ੍ਰਦਰ ਉਹਦੀ ਵਾਈਫ ਉਹਦੇ ਬੱਚੇ ਅੰਦਰ ਕੱਟ ਕੇ ਫਿਰ ਉਹਨੂੰ ਉਸ ਤੋਂ ਬਾਅਦ ਉਹਨੂੰ ਅਰੈਸਟ ਕਰਕੇ ਉਹਨੂੰ ਹੁਣ ਮਤਲਬ ਮੈਂ ਤੇ ਜੋਬ ਤੇ ਹਾਂ ਬਾਕੀ ਸਾਰਾ ਪਤਾ ਮੇਰੇ ਫਾਦਰ ਸਾਹਿਬ ਨੂੰ ਕੋਈ ਉਸ ਤੋਂ ਇਲਾਵਾ ਜੋ ਲੜਾਈ ਝਗੜਾ ਹੋਇਆ ਸੀਗਾ ਕਿਤੇ ਪੁਲਿਸ ਨੇ ਤੁਹਾਡੇ ਖਿਲਾਫ ਵੀ ਕੋਈ ਮੁਕਦਮਾ ਤੇ ਨਹੀਂ ਬਣਾਇਆ ਹਾਂਜੀ ਜੋ ਲੜਾਈ ਝਗੜਾ ਹੋਇਆ ਸੀ ਉਹਦੇ ਵਿੱਚ ਕਿਤੇ ਤੁਹਾਡੇ ਖਿਲਾਫ ਕੋਈ ਮੁਕਦਮਾ ਤੇ ਨਹੀਂ ਬਣਾਇਆ ਪੁਲਿਸ ਨੇ ਨਾ 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 ਮੇਰੇ ਖਿਲਾਫ ਮੈਂ ਤੇ ਵੀਰ ਜੀ ਮੈਂ 5 ਸਾਲ ਤੋਂ ਇੱਥੇ ਨਗਰ ਨਿਗਮ ਦੇ ਵਿੱਚ ਜੋਬ ਕਰ ਰਿਹਾ ਪਹਿਲਾਂ ਮੈਂ 2.5 ਸਾਲ ਗੱਡੀ ਹਾਈਡ੍ਰੋਲਿਕ ਜਿਹੜੀ ਸਟਰੀਟ ਲਾਈਟ ਵਾਲੀ ਜੋ ਸਟਰੀਟ ਲਾਈਟਾਂ ਠੀਕ ਕਰਦੀ ਹੈ ਜੈਕ ਸਿਸਟਮ ਹੈ 2.5 ਸਾਲ ਉਹ ਚਲਾਈਏ 2.5 ਸਾਲ ਉਹ ਚਲਾਉਣ ਤੋਂ ਬਾਅਦ 3 ਸਾਲ ਵਗੈਰਾ 3 ਸਾਲ ਲਗਭਗ ਉਹ ਚਲਾਈ ਉਸ ਤੋਂ ਬਾਅਦ 1.5 ਸਾਲ ਮੈਨੂੰ ਇਹ ਸ਼ਹਿਰੀ ਬੱਸ ਸੇਵਾ ਜਿਹੜੀ ਹੈ ਇਹ 2018 ਦੇ ਵਿੱਚ 20 ਜਨਵਰੀ ਨੂੰ ਸ਼ੁਰੂ ਹੋਈ ਸੀ ਫਿਰ ਮੇਰੀ ਡਿਊਟੀ ਇੱਥੇ ਲੱਗ ਗਈ ਜਾਣਾ ਚਾਹਾਂਗਾ ਪੁਲਿਸ ਜਦੋਂ ਆਈ ਸੀਗੀ ਉੱਥੇ ਪੁਲਿਸ ਕਿਉਂਕਿ ਹਮੇਸ਼ਾ ਜਗ੍ਹਾ ਦੇਖਿਆ ਜਾਂਦਾ ਕਿ ਪੁਲਿਸ ਦਾ ਰਵੱਈਆ ਜਿਹੜਾ ਹੈਗਾ ਉਹ ਵਿਕਟਿਮਸ ਦੇ ਪ੍ਰਤੀ ਜਿਹੜਾ ਹੈਗਾ ਬਹੁਤ ਠੀਕ ਜਾਂ ਨਹੀਂ ਰਹਿੰਦਾ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਡੇ ਮਾਮਲੇ ਦੇ ਵਿੱਚ ਕੋਈ ਐਸੀ ਕੋਈ ਗਲਤੀ ਨਹੀਂ ਹੋਈ ਉਹ ਥੋੜਾ ਜਿਹਾ ਚਲੋ ਸਾਰੀ ਤਰ੍ਹਾਂ ਰੀਜ਼ਨ ਉਹ ਇੱਥੇ ਵਿੱਚ 2 PCR ਵਾਲੇ ਆਏ ਸੀ ਇੱਥੇ ਉਹ ਮੇਰੇ ਤੋਂ 50 ਫੁੱਟ ਪਿੱਛੇ ਜਿੱਥੇ ਸਾਡਾ ਝਗੜਾ ਆ 50 ਫੁੱਟ ਪਿੱਛੇ ਖੜੀ ਕਰਕੇ ਜਿਸ ਸੀ ਰੋਡ ਦੇ ਵਿੱਚ ਖੜੀ ਕਰਕੇ ਤੇ ਉਤਰ ਕੇ ਕਰਿਆਨਾ ਸਟੋਰ ਓਮ ਜਰਨਲ ਸਟੋਰ ਉੱਥੋਂ ਲਿਮਕਾ ਲੈ ਕੇ ਪੀ ਰਹੇ ਸਨ
ਤੇ ਮੇਰਾ ਜਿਹੜਾ ਇੰਚਾਰਜ ਹੈ ਨਾ ਸਿਟੀ ਬੱਸ ਦਾ, ਮੈਨੂੰ ਕਹਿਣ ਲੱਗਾ ਤੁਸੀਂ ਗੁਰਵੇਗ ਸਿੰਘ ਜੀ ਉਹਨਾਂ ਦੇ ਕੋਲ ਜਾਓ। ਮੈਂ ਵੀ ਮੈਂ ਉਦਾਂ ਉਹਨਾਂ ਦੇ ਕੋਲ ਕਿੱਦਾਂ ਜਾ ਸਕਣਾ, ਉਹਨਾਂ ਦੀ ਜਦੋਂ ਡਿਊਟੀ ਲੱਗੀ ਹੈ ਵੀ ਮੌਕਾ ਹੈ ਵਾਰਦਾਤ ਜਾ ਕੇ ਵੇਖੋ। ਮੈਂ ਉਹ ਆਉਂਦਿਆਂ ਸਾਰ ਉਹ ਲਿਮਕਾ ਪੀਣ ਲੱਗ ਗਏ ਨੇ ਕਿ ਉਹਨਾਂ ਮੌਕਾ ਵਾਰਦਾਤ ਵੇਖਣੀ ਸੀ। ਫਿਰ ਅੱਛਾ ਉਹਨੇ ਚਿਰ ਨੂੰ ਮੇਰੇ ਫਾਦਰ ਸਾਹਿਬ ਆ ਗਏ, ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਵੀ ਤੁਹਾਡਾ ਕੀ ਫਾਇਦਾ ਹੋਇਆ ਇੱਥੇ ਆਉਣ ਦਾ, ਇੱਥੇ ਕਤਲੋਗਾਰਤ ਹੋ ਜਾਂਦੀ, ਤੁਸੀਂ ਲਿਮਕਾ ਪੀਣ ਡੇ, ਲਿਮਕਾ ਤਾਂ ਮੈਂ ਹੀ ਤੁਹਾਨੂੰ ਬਾਅਦ ਚ ਪਿਆ ਦੇਣਾ ਸੀ, ਪਹਿਲਾਂ ਇਹ ਸਿਸਟਮ ਤੇ ਸੰਭਾਲ ਲਓ ਆਣ ਕੇ। ਤੇ ਹਾਂਜੀ ਉਹਨਾਂ ਦੀ ਫਿਰ ਫਾਦਰ ਸਾਹਿਬ ਨੇ ਬਹੁਤ ਜ਼ਿਆਦਾ ਉਹਨਾਂ ਦੀ ਸੁਣਾਈ ਕੀਤੀ ਪੁਲਿਸ ਵਾਲਿਆਂ ਦੀ ਕਿ ਤੁਹਾਨੂੰ ਐਸ ਪੀ ਸਾਹਿਬ ਨੇ ਜਾਂ ਡੀ ਸੀ ਸਾਹਿਬ ਨੇ ਜਾਂ ਤੁਹਾਨੂੰ ਭੇਜਿਆ ਇੱਥੇ ਮੌਕੇ ਤੇ, ਤੁਹਾਡਾ ਸਿਟੀ ਥਾਣੇ ਦਾ ਕੇਸ ਹੈ, ਤੁਸੀਂ ਜਾ ਕੇ ਆਏ ਹੋ, ਤੁਸੀਂ ਉੱਥੇ ਮੌਕਾ ਤੇ ਵੇਖੋ ਕੀ ਹੈ, ਤੁਸੀਂ ਆਉਂਦੇ ਸਾਰ ਲਿਮਕਾ ਪੀਣ ਲੱਗ ਗਏ ਹੋ। ਤੇ ਫਿਰ ਉਹਨਾਂ ਨੂੰ ਚਲੋ ਅਸੀਂ ਕਿਹਾ ਤੇ ਫਿਰ ਉਹਨਾਂ ਦੀ ਫੋਟੋ ਵਗੈਰਾ ਸਨੈਪ ਵਗੈਰਾ ਡੈਡੀ ਕਹਿਣ ਲੱਗੇ ਲੈ ਲਓ, ਇਹਨਾਂ ਨੂੰ ਸੀਐਮ ਸਾਹਿਬ ਨੇ ਆਉਣਾ ਹੈ ਤੇ ਕੱਲ ਨੂੰ ਅਨਾਜ ਮੰਡੀ ਚ, ਜੇ ਕੋਈ ਐਕਸ਼ਨ ਨਹੀਂ ਲੈਂਦੇ ਤੇ ਉਹਨਾਂ ਨੂੰ ਸਸਪੈਂਡ ਕਰਾ ਦਿਆਂਗੇ ਆਪਾਂ। ਵੀ ਉਹਨਾਂ ਨੇ ਐਕਸ਼ਨ ਕਿਉਂ ਨੀ ਲਿਆ, ਵੀ ਉੱਥੇ ਕਤਲੋਗਾਰ ਤੋਂ ਆਉਂਦੀ ਉਹ ਪਿੱਛੇ ਖੜੇ ਨੇ, ਫਿਰ ਉਹਨਾਂ ਦੀ ਸਨੈਪ ਵਗੈਰਾ ਲੈ ਲਈ ਸੀ, ਉਹ ਫਿਰ ਆਪਣਾ ਪੀ ਸੀ ਆਰ ਸਲਫ ਮਾਰ ਕੇ ਚਲੇ ਗਏ, ਜਿਪਸੀ ਸੀ ਲੈ ਕੇ ਆਪਣਾ ਉਸੇ ਟਾਈਮ ਚਲੇ ਗਏ। ਉਸ ਤੋਂ ਬਾਅਦ ਫਿਰ ਜਦੋਂ ਸਿੱਖ ਸੰਗਤ ਸਾਰੀ ਜੁੜ ਗਈ, ਸਾਰੇ ਜਕਾਰੇ ਖਾਲਿਸਤਾਨ ਦੇ ਲੱਗਣ ਲੱਗ ਗਏ, ਉਸ ਤੋਂ ਬਾਅਦ ਉਹਨਾਂ ਸੋਚਿਆ ਵੀ ਮੀਡੀਆ, ਸਾਰਾ ਮੀਡੀਆ ਵੀ ਆ ਗਿਆ, ਉਸ ਤੋਂ ਵੀ ਇਹ ਤੇ ਕੰਮ ਬਹੁਤ ਜ਼ਿਆਦਾ ਖਰਾਬ ਹੋ ਜਾਏਗਾ, ਵੀ ਇਹ ਜਾਂਦੇ ਨੇ ਵੀ ਅਸੀਂ ਟ੍ਰੇਨਾਂ ਰੋਕ ਦਿਆਂਗੇ, ਅਸੀਂ ਅੱਗ ਲਾ ਦਿਆਂਗੇ, ਯੇ ਕਰ ਦਿਆਂਗੇ, ਵੋ ਕਰ ਦਿਆਂਗੇ। ਫਿਰ ਸਾਰਾ ਪ੍ਰਸ਼ਾਸਨ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਉਸ ਤੋਂ ਪ੍ਰੈਸ਼ਰ ਪਿਆ ਇਹਨਾਂ ਨੂੰ ਬੀਜੇਪੀ ਵੱਲੋਂ, ਤੇ ਉਹਨਾਂ ਜਾ ਕੇ ਤੇ ਫਿਰ ਇੱਥੇ ਆਣ ਕੇ ਮੌਕੇ ਤੇ ਡੀ ਐਸ ਪੀ ਸਾਹਿਬ, ਐਸ ਐਚ ਓ ਸਾਹਿਬ, ਸਾਰੇ ਜਿੰਨੇ ਵੀ ਸਨ, ਸਾਰੇ ਆਣ ਕੇ ਮੌਕੇ ਤੇ ਉਹਨੂੰ ਅਰੈਸਟ ਕਰਕੇ ਲੈ ਗਏ। ਜੋਸ਼ ਦਸਵੇਂ ਪਾਤਸ਼ਾਹ ਨੇ ਜੋਸ਼ ਇੰਨਾ ਭਰ ਦਿੱਤਾ ਸੀ ਵੀ ਉਹ ਨਾਰੇ ਤੇ ਲਾਣੇ ਪੈਣੇ ਆ, ਮਜਬੂਰੀ ਸੀ ਸਾਡੀ ਜਦੋਂ। ਹਾਂਜੀ ਸਾਰੀ ਸਿੱਖ ਸੰਗਤ ਹਾਂਜੀ ਉੱਥੇ ਆ ਗਈ ਸੀ ਸਾਰੇ, ਫਿਰ ਜਦੋਂ ਸੁਣਾਈ ਨਹੀਂ ਹੁੰਦੀ ਤੇ ਫਿਰ ਇਹ ਕੰਮ ਤੇ ਹੋਣਾ ਹੀ ਹੈ ਇਸ ਕੰਮ ਕਰਕੇ। ਤੇ ਹੁਣ ਪਾਕਿਸਤਾਨ ਵਾਲੇ ਜਿਹੜੇ ਨੇ ਉਹ ਥੋੜਾ ਇੱਥੇ ਇੰਡੀਆ ਦੇ ਵਿੱਚ ਆਣਗੇ, ਨਾਰੇ ਲਾਣਗੇ ਖਾਲਿਸਤਾਨ ਦੇ ਲਾਣੇ, ਨਾਰੇ ਦੇ ਹਿੰਦੂ ਜਿਹੜੇ ਹਰਿਆਣੇ ਚ ਰਹਿੰਦੇ ਨੇ ਹਰਿਆਣੇ ਚ ਲਾਣੇ ਨੇ, ਪੰਜਾਬ ਵਾਲੇ ਪੰਜਾਬ ਚ ਲਾਣੇ ਨੇ, ਯੂਪੀ ਵਾਲੇ ਯੂਪੀ ਚ ਲਾਣੇ ਨੇ। ਹਾਂਜੀ ਖਾਲਿਸਤਾਨ ਦੇ ਇਹਨਾਂ ਨੂੰ ਪਤਾ ਹੀ ਨੀ ਵੀ ਖਾਲਿਸਤਾਨ ਦਾ ਮੀਨਿੰਗ ਕੀ ਹੈ। ਖਾਲਿਸਤਾਨ ਦਾ ਮੀਨਿੰਗ ਹੈ ਪਿਓਰਟੀ, ਹਾਂ ਖਾਲਿਸਤਾਨ ਤੇ ਇਹਨਾਂ ਦੀ ਮਜਬੂਰੀ ਹੋ ਜਾਏਗੀ ਜੀ, ਹਾਲੇ ਟਾਈਮ ਥੋੜਾ ਜਿਹਾ ਲੱਗੇਗਾ, 10 ਸਾਲ ਲੱਗਣ, 15 ਲੱਗਣ, 20 ਲੱਗਣ, 50 ਲੱਗਣ, ਖਾਲਿਸਤਾਨ ਤੇ ਇਹਨਾਂ ਨੂੰ ਦੇਣਾ ਪਏਗਾ। ਠੀਕ ਆ, ਤੇ ਮੈਂ ਜਾਣਨਾ ਚਾਹਾਂਗਾ ਜਿਸ ਤਰੀਕੇ ਪਿੱਛੇ ਕਰਨਾਲ ਦੀਆਂ ਨਾ ਕੁਛ ਹਲਵਾ ਜੋ ਕਿ ਘਟਨਾਵਾਂ ਆ ਰਹੀਆਂ ਸੀਗੇ ਜਿਹਦੇ ਵਿੱਚ ਹੁੰਦਾ ਸੀਗਾ ਸਿੱਖਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤੇ ਸਾਡੇ ਸਿੱਖਾਂ ਨੂੰ ਵਿਚਾਰਿਆਂ ਨੂੰ ਉੱਥੇ ਸਪੋਰਟ ਵੀ ਨਹੀਂ ਸੀ ਮਿਲਦੀ ਤੇ ਉਹ ਵਿਚਾਰੇ ਉਹਨਾਂ ਨੂੰ ਕਾਫੀ ਕਈ ਜਗ੍ਹਾਵਾਂ ਤੇ ਜੋ ਕੁੱਟ ਵੀ ਪਈ ਹੈਗੀ ਆ, ਹੋਰ ਕਿਤੇ ਲਹੂ ਲੁਹਾਨ ਵੀ ਹੋਏ ਆ। ਪਰ ਤੁਹਾਡੇ ਕੇਸ ਦੇ ਵਿੱਚ ਦੇਖਿਆ ਕਿ ਗੁਰੂ ਸਾਹਿਬ ਨੇ ਜੋ ਤੁਹਾਨੂੰ ਜਿਹੜਾ ਹੈਗਾ ਜੁਝਾਰੂਪਣਾ ਜੋ ਬਖਸ਼ਿਆ ਸੀਗਾ ਉਸ ਦੇ ਵਿੱਚ ਤੁਸੀਂ ਆਪਣੀ ਹੀ ਜੋ ਤੁਹਾਡੇ ਨਾਲ ਜੋ ਵਾਰਦਾਤ ਹੋਈ, ਤੁਹਾਡੇ ਨਾਲ ਜੋ ਝਗੜਾ ਹੋਇਆ, ਤੁਹਾਡੀ ਦਾੜੀ ਤੇ ਹੱਥ ਲਾਇਆ ਤੇ ਤੁਸੀਂ ਬਕਾਇਦਾ ਉਹਦਾ ਕੁੱਟ ਖਾਣ ਦੀ ਥਾਂ ਤੇ ਜਿਹੜਾ ਹੈਗਾ ਕਿ ਬਕਾਇਦਾ ਉਹਦਾ ਸਾਹਮਣਾ ਕੀਤਾ, ਹੋਰ ਰੋਸ਼ ਉਹਦਾ ਜਿਹੜਾ ਪ੍ਰਗਟ ਕੀਤਾ, ਹੋਰ ਅਗਲੇ ਨੂੰ ਦੱਸ ਦਿੱਤਾ ਕਿ ਵੀ ਜੇ ਸਾਡੇ ਸਿੰਘ ਦੀ ਦਾੜੀ ਨੂੰ ਹੱਥ ਲਾਣਾ ਤੇ ਇਹ ਨਤੀਜਾ ਹੋਏਗਾ, ਤੇ ਤੁਸੀਂ ਕਿੱਦਾਂ ਇਸ ਚੀਜ਼ ਨੂੰ ਦੇਖਦੇ ਹੋ? ਨਹੀਂ ਜੀ ਨਹੀਂ, ਮੇਰੀ ਗੱਲ ਸੁਣੋ, ਉਹ ਮੇਰੇ ਨਾਲ 1 ਸਾਲ ਤੋਂ ਹੀ ਮੈਨੂੰ ਧਮਕੀਆਂ ਦੇ ਰਿਹਾ ਸੀ। ਅੱਛਾ, ਜਦੋਂ ਮੈਂ ਇਹ ਗੱਲ ਆਪਣੇ ਫਾਦਰ ਸਾਹਿਬ ਨੂੰ ਦੱਸੀ ਤਾਂ ਉਹਦੇ ਚ ਕੀ ਹੋਇਆ, ਫਾਦਰ ਸਾਹਿਬ ਕਹਿਣ ਲੱਗੇ ਬੇਟੇ ਵੀ ਤੂੰ ਇੱਕੋ ਇੱਕ ਤੇ ਸਿੰਘ ਤੂੰ ਡਿਊਟੀ ਕਰਦਾ, ਬਾਕੀ ਸਾਰੇ ਲੋਕਲ ਨੇ, ਉਹਦੇ ਚ ਇਹ ਤੈਨੂੰ ਭੜਕਾਉਂਦੇ ਨੇ, ਤੈਨੂੰ ਉਹਨਾਂ ਨਾਲ ਮਤਲਬ ਲੜਾ ਕੇ ਮਰਵਾਉਣਾ ਚਾਹੁੰਦੇ ਨੇ, ਵੀ ਇਹ ਜਰ ਨੀ ਸਕਦੇ ਤੈਨੂੰ ਵੇਖ ਕੇ, ਵੀ ਤੂੰ ਦੱਬਦਾ ਨੀ ਕਿਸੇ ਤੋਂ। ਹਾਂਜੀ, ਆਪਣਾ 1 ਨੰਬਰ ਦਾ ਕੰਮ ਹੈ ਤੇ ਇਹ ਵਿੱਚ ਥੋੜਾ ਜਿਹਾ 2 ਨੰਬਰ ਦਾ ਕੰਮ ਕਰਨ ਵਾਲੇ ਨੇ ਇਹ ਲੋਕਾਂ ਦੇ ਨੇ, ਵੀ ਸਰਦਾਰ ਜੀ ਜਿਹੜੇ ਨੇ ਦੱਬਦੇ ਨੀ ਤੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਵੀ ਇਹਨੂੰ ਲੜਾ ਮਰਵਾ ਕੇ ਤੇ ਇਹਨੂੰ ਆਪਣੇ ਘਰ ਭੇਜ ਦਈਏ। ਠੀਕ ਹੈ ਜੀ, ਤੇ ਵੀ ਜੋਬ ਆਪਣੀ ਸੇਫ ਹੈ, ਆਪਣੀ ਸੇਫ ਹੈ, 5 ਸਾਲਾਂ ਦੇ ਵਿੱਚ ਕੋਈ, ਹਾਂਜੀ ਸਾਰਾ ਕਰਨਾਲ ਗਵਾਹੀ ਦੇਣ ਨੂੰ ਤਿਆਰ ਹੈ, ਕੋਈ ਇਹਦੇ ਅੰਬਾਲੇ ਦੇ ਵਿੱਚ ਸਿੱਖਾਂ ਦੀ ਕੁੱਟਮਾਰ ਹੋਈ ਸੀਗੀ, ਹੋਰ ਕਈ ਹੋਰ ਥਾਵਾਂ ਤੇ ਵੀ ਕੁੱਟਮਾਰ ਹੋਈ ਸੀਗੀ, ਪਰ ਇਹ ਕਿ ਜੋ ਕਿ ਸਿੰਘਾਂ ਵੱਲੋਂ ਜਵਾਬਦੇਹੀ ਜਿਹੜੀ ਹੈ ਨਾ ਉਹ ਨਹੀਂ ਸੀ ਦਿੱਤੀ ਗਈ ਹਮੇਸ਼ਾ ਜਿਹੜਾ। ਇਸ ਤਰ੍ਹਾਂ ਜੀ ਮੇਰੀ ਗੱਲ ਸੁਣੋ, ਜ਼ਿਆਦਾ ਬਿਲਕੁਲ ਤੁਸੀਂ ਸਮਝਦਾਰ ਹੋ, ਜ਼ਿਆਦਾ ਗਹਿਰਾਈ ਚ ਜਾਣ ਦੀ ਜ਼ਰੂਰਤ ਨਹੀਂ, ਸਭ ਪਤਾ ਹੈ ਸਾਰਿਆਂ ਨੂੰ ਵੀ ਕੀ ਹੋ ਰਿਹਾ ਕੀ ਹੋਣਾ ਹੈ, ਇਹਦੇ ਚ ਥੋੜਾ ਟਾਈਮ ਲੱਗੇਗਾ, ਆਟੋਮੈਟਿਕ ਹੀ ਚੇਂਜ ਆ ਜਾਏਗਾ, ਜ਼ਿਆਦਾ ਸਭ ਕੁਛ ਸਾਰਾ ਆਪਣੇ ਸਾਰਾ ਕੁਛ ਸਾਹਮਣੇ, ਆਪਾਂ ਨੂੰ ਕੀ ਦਿੱਕਤ ਹੈ ਉਹਦੇ ਚ ਦੱਸਣ ਦੀ, ਕਲੀਅਰ ਦੱਸਣ ਦੀ ਵੀ ਲੋੜ ਨਹੀਂ ਹੈਗੀ, ਇਹ ਆਟੋਮੈਟਿਕ ਹੀ ਚੇਂਜ ਆ ਜਾਣਾ। ਠੀਕ ਹੈ, ਚਲੋ ਤੁਸੀਂ ਹੁਣ ਖੁਸ਼ ਹੋ ਕਿ ਅਦਾਲਤ ਦੇ ਵਿੱਚ ਜਿਸ ਤਰੀਕੇ ਮਾਮਲਾ ਪਹੁੰਚਿਆ ਹੈਗਾ, ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੋ? ਨਹੀਂ ਨਹੀਂ, ਉਹ ਪੁਲਿਸ ਕਾਰਵਾਈ ਆਪਣੀ ਕਰੇਗੀ,
ਪ੍ਰਕਾਸ਼ ਹੀ ਰੱਖਣੇ ਨਾ ਬੰਨਣੀ ਹੈ ਉਹਨੇ ਕਹੇ ਮੁੰਨੀ ਤੁੰਨੀ ਇੱਕ ਬਰਾਬਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਹੈ ਕਦੀ ਨਾ ਕਦੀ ਸਮਾਂ ਆਏਗਾ ਦਸਵੇਂ ਪਾਤਸ਼ਾਹ ਦੀ ਕਿਰਪਾ ਹੈ ਜੇ ਸਰਕਾਰਾਂ ਸਾਡੇ ਨਾਲ ਜਾਂ ਕੋਈ ਵੀ ਵਧੀਕੀਆਂ ਕਰਦੀਆਂ ਨੇ ਇਹ ਤੇ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਲੈ ਕੇ ਉਦੋਂ ਬਾਬਰ ਦਾ ਰਾਜ ਸੀ ਉਦੋਂ ਬਾਅਦ ਫਿਰ ਤੁਹਾਨੂੰ ਪਤਾ ਮੁਗਲ ਰਾਜ ਆਇਆ ਉਹ ਤਾਂ ਪਤਾ ਹੀ ਹੈ ਜੀ ਇਹਨਾਂ ਨੂੰ ਪਿਛੋਕੜ ਥੋੜਾ ਜਿਹਾ ਭੁੱਲੇ ਬੈਠੇ ਨੇ ਆ ਜਾਏਗਾ ਯਾਦ ਇਹਨਾਂ ਨੂੰ ਹਾਂਜੀ ਹਾਂ ਸਭ ਪਤਾ ਲੱਗ ਜਾਏਗਾ ਇਹ ਥੋੜਾ ਟਾਈਮ ਫਰਕ ਲੱਗੇਗਾ ਥੋੜਾ ਜੀ ਠੀਕ ਹੈ ਹਾਂਜੀ ਹਾਂਜੀ ਉਮੀਦ ਕਰਾਂਗੇ ਕਿ ਜੇ ਕੋਈ ਵੀ ਜੇ ਤੁਹਾਡੀ ਲੋੜ ਹੋਏਗੀ ਉਹਦੇ ਵਿੱਚ ਅਕਾਲ ਚੰਨ ਸਹਿਯੋਗ ਦੇਵੇਗਾ ਗੁਰੂ ਫਤਿਹ ਦੀ ਸਾਂਝ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਬੋਲੇ